ਚੰਡੀਗੜ੍ਹ ਵਿੱਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਅਗਵਾਈ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਸੀਬੀਆਈ ਦਫ਼ਤਰ ਦਾ ਘਿਰਾਓ ਕਰ ਰਹੇ ਕਾਂਗਰਸ ਦੇ ਕਾਰਕੁਨਾਂ ਨੂੰ ਠੱਲਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਹੈ। ਮੋਦੀ ਸਾਹਿਬ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਜਿਹੜੇ ਨੂੰ ਬੀਜੇਪੀ ਪਿੰਜੜੇ ਦਾ ਤੋਤਾ ਦੱਸਦੀ ਸੀ, ਅੱਜ ਉਹ ਸੀਬੀਆਈ ਦੇ ਤੋਤੇ ਦਾ ਗਲਾ ਜਿਸ ਤਰ੍ਹਾਂ ਘੋਟਿਆ ਗਿਆ ਉਹਦੇ ਖਿਲਾਫ ਸਾਡਾ ਪ੍ਰਦਰਸ਼ਨ ਹੈ। ਦੇਸ਼ ਦੇ ਅੰਦਰ ਹੋ ਰਹੇ ਭ੍ਰਿਸ਼ਟਾਚਾਰ, ਦੇਸ਼ ਦੇ ਸੁਰੱਖਿਆ ਦੇ ਨਾਲ ਖਿਲਵਾੜ, HAL ਹਿੰਦੁਸਤਾਨ ਏਅਰੋਨੋਟਿਕ ਲਿਮਿਟਿਡ ਦੀ ਕੀਮਤ ਦੇ ਉੱਤੇ ਆਪਣੇ ਭਾਈਵਾਲ ਅੰਬਾਨੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ 40,000 ਕਰੋੜ ਦਾ ਘਪਲਾ ਕਰਨ ਤੇ ਪਰਦਾ ਪਾਉਣ ਦੇ ਖਿਲਾਫ ਸਾਡਾ ਪ੍ਰਦਰਸ਼ਨ। ਕੇਂਦਰ ਦੀ ਸਰਕਾਰ ਇੱਕ ਤੋਂ ਬਾਅਦ ਇੱਕ ਕਦਮ ਇਹੋ ਜਿਹੇ ਉਠਾ ਰਹੀ ਹੈ ਜਿਹੜੇ ਕਿ ਲੋਕਤੰਤਰ ਦੇ ਖਿਲਾਫ ਨੇ, ਗੈਰ ਲੋਕਤੰਤਰਿਕ ਜੋ ਹਨ ਉਸ ਤਰ੍ਹਾਂ ਦੇ ਕਰ ਰਹੇ ਨੇ, ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਖਤਮ ਕਰਨ ਲੱਗੇ ਪਏ ਨੇ। ਉਹਦੇ ਵਿੱਚ ਅਖੀਰਲਾ ਇਹਨਾਂ ਨੇ CBI ਦੇ ਵਿੱਚ ਜੋ ਕੀਤਾ ਹੈ, ਆਪਣਾ ਡਾਇਰੈਕਟਰ ਇਹ ਸੋਚ ਕੇ ਬਣਾਇਆ ਸੀ, ਉਹ ਵੀ ਪੂਰਾ ਤਰੀਕਾ ਨਹੀਂ ਸੀ ਫੋਲੋ ਹੋਇਆ ਉਸ ਵਕਤ, ਇਹ ਸੋਚ ਕੇ ਬਣਾਇਆ ਸੀ ਕਿ ਇਸ ਤੋਂ ਜੋ ਚਾਹਾਂਗੇ ਉਹ ਕਰਵਾਉਂਦੇ ਰਹਾਂਗੇ। ਉਹਨੇ ਆਪਣੀ ਇੰਡੀਪੈਂਡੈਂਸ ਦਿਖਾਉਣ ਦੀ ਜਦੋਂ ਪ੍ਰਯਾਸ ਕੀਤੇ, ਖਾਸ ਤੌਰ 'ਤੇ ਰਫੈਲ ਦੇ ਵਿੱਚ, ਕਿ ਰਫੈਲ ਦਾ ਜੋ ਐਡਾ ਵੱਡਾ ਘਪਲਾ ਹੋਇਆ ਹੈ ਉਹਦੇ ਵਿੱਚ ਉਹਨਾਂ ਦੀ ਮਨਸ਼ਾ ਸੀ ਕਿ ਮੈਂ ਉਹਨੂੰ ਵੀ ਵੇਖਾਂਗਾ। ਇਹਨਾਂ ਨੂੰ ਪਤਾ ਹੀ ਲੱਗਿਆ ਇਸ ਗੱਲ ਦਾ, ਅਤੇ ਨਾਲ ਦੀ ਨਾਲ ਇਹਨਾਂ ਨੇ ਆਪਣੇ ਨੰਬਰ 2 ਤੋਂ ਉਹਨਾਂ ਤੋਂ ਗਲਤ ਫਲਤ ਸਟੇਟਮੈਂਟਾਂ ਦਿਲਵਾਉਣੀਆਂ ਸ਼ੁਰੂ ਕਰ ਦਿੱਤੀਆਂ, ਅਤੇ ਉਠਾ ਕੇ ਰਾਤ ਦੇ 1-2 ਵਜੇ ਰਾਤੀ ਚੱਕ ਕੇ ਇਹਨਾਂ ਨੂੰ ਬਦਲ ਦਿੱਤਾ। ਬਿਲਕੁਲ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਨੇ, ਜੋ ਉਹਨਾਂ ਦੀ ਉਲੰਘਣਾ ਕਰਦੇ ਹੋਏ, ਜੋ ਕਾਨੂੰਨ ਹੈ ਉਸਦੀ ਉਲੰਘਣਾ ਕਰਦੇ ਹੋਏ, ਜੋ ਸੰਵਿਧਾਨ ਹੈ ਸਾਡਾ ਦੇਸ਼ ਦਾ ਸਰਪ੍ਰੇ ਹੁੰਦਾ ਹੈ, ਉਹਦੀ ਉਲੰਘਣਾ ਕਰਦੇ ਹੋਏ ਉਹਨਾਂ ਨੂੰ ਹਟਾ ਕੇ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਹੋਰ ਨੂੰ ਉਸ 'ਤੇ ਲਗਾ ਦਿੱਤਾ।